ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666। ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਡਾਕਟਰ ਹਰਬੰਸ ਸਿੰਘ ਕੰਡੋਲਾ ਨਾਲ, ਜਿਹੜੇ ਕਿ ਕਈ ਸਾਲਾਂ ਤੋਂ ਸਾਡੇ ਕੋਲ ਇੱਥੇ ਆ ਕੇ ਫੋਕਸ ਕਰਕੇ ਗੱਲਬਾਤ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ ਗੁਰਬਾਣੀ ਨੂੰ ਅਸੀਂ ਰੋਜ਼ਮਰਾ ਜ਼ਿੰਦਗੀ ਨਾਲ ਰਿਲੇਟ ਕਰ ਸਕੀਏ। ਬਹੁਤ ਸਾਰੇ ਕੋਨਸੈਪਟ ਅਸੀਂ ਆਪਣੇ ਮਨਾਂ 'ਚ ਬਿਠਾਏ ਹੋਏ ਨੇ, ਜਿਹੜੇ ਸਾਡੇ ਬਜ਼ੁਰਗਾਂ ਨੇ, ਸਾਡੇ ਪੁਰਖਾਂ ਨੇ ਸਾਨੂੰ ਦੱਸੇ, ਜਿਸ ਨੂੰ ਕਿ ਐਜ਼ ਅ ਟ੍ਰੈਡੀਸ਼ਨ ਅੱਜ ਅਸੀਂ ਮੰਨ ਰਹੇ ਹਾਂ। ਪਰ ਹਕੀਕਤ ਵਿੱਚ ਜੇਕਰ ਅਸੀਂ ਚਾਹੁੰਦੇ ਹਾਂ ਕਿ ਅੱਜ ਸਿੱਖੀ ਦਾ ਸਹੀ ਪ੍ਰਚਾਰ ਹੋਵੇ ਅਤੇ ਸਾਡੀ ਨੌਜਵਾਨ ਪੀੜ੍ਹੀ ਨਾਲ ਜੁੜ ਸਕੇ, ਤਾਂ ਸਾਨੂੰ ਜਿੱਥੇ ਅਸੀਂ ਕਹਿੰਦੇ ਹਾਂ ਕਿ ਸਿੱਖਇਜ਼ਮ ਇਜ਼ ਅ ਸਾਇੰਟਿਫਿਕ ਰਿਲੀਜਨ, ਸਾਨੂੰ ਉਸ ਬੇਸ ਦੇ ਉੱਤੇ ਬੱਚਿਆਂ ਨਾਲ ਗੱਲਬਾਤ ਕਰਨੀ ਪਵੇਗੀ। ਅਤੇ ਇਹ ਕੋਨਸੈਪਟ ਜਿਹੜੇ ਮਨਾਂ 'ਚ ਬਿਠਾਏ ਨੇ, ਕਿਸ ਤਰੀਕੇ ਨਾਲ ਉਹਨਾਂ ਤੋਂ ਅਸੀਂ ਸਿੱਖ ਕੇ ਕੁਝ ਆਪਣੇ ਡੇਲੀ ਲਾਈਫ ਵਿੱਚ ਉਹਨਾਂ ਦੇ ਉੱਤੇ ਚੱਲ ਸਕੀਏ, ਇੱਥੇ ਅੱਜ ਗੱਲਬਾਤ ਕਰਾਂਗੇ। ਸੋ ਡਾਕਟਰ ਹਰਬੰਸ ਸਿੰਘ ਕੰਡੋਲਾ, ਜਿੱਥੇ ਕਿ ਕਮਿਊਨਿਟੀ ਦੀ ਇੱਕ ਜਾਣੀ ਪਛਾਣੀ ਸ਼ਖਸੀਅਤ ਹਨ, ਇਹ ਆਪ ਮਿਹਨਤ ਕਰਕੇ ਇੱਥੇ ਆਉਂਦੇ ਨੇ, ਇਹ ਕੋਈ ਪ੍ਰਚਾਰਕ ਨਹੀਂ ਹੈਗੇ। ਅਤੇ ਅਸਲ ਵਿੱਚ ਤਾਂ ਗੁਰੂ ਨੇ ਸਾਨੂੰ ਇਹੀ ਕਿਹਾ ਸੀ ਕਿ ਹਰ ਸਿੱਖ ਜੋ ਹੈ ਉਹ ਪ੍ਰਚਾਰਕ ਬਣੇ। ਅਤੇ ਇਸ ਵਾਸਤੇ ਅਗੇਨ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਜਿਹੜਾ ਵੀ ਵਿਅਕਤੀ ਸਾਡੇ ਕੋਲ ਇੱਥੇ ਆਉਂਦਾ ਹੈ ਉਹ ਆਪਣੀ ਨੌਲੇਜ, ਆਪਣਾ ਐਕਸਪੀਰੀਅੰਸ ਜੋ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਨੇ। ਪਰ ਇਸ ਵਿੱਚ ਜੇਕਰ ਤੁਸੀਂ ਐਡ ਔਨ ਕਰ ਸਕੋ ਤਾਂ ਇਸ ਲਈ ਹਮੇਸ਼ਾ ਅਸੀਂ ਐਂਡ ਵਿੱਚ ਕਹਿੰਦੇ ਹਾਂ ਕਿ ਜ਼ਰੂਰ ਸਾਡੇ ਨਾਲ ਸੰਪਰਕ ਕਰਿਆ ਕਰੋ। ਸੋ ਦਿਸ ਇਜ਼ ਨੋਟ ਦ ਫਾਈਨਲ ਐਂਡ ਆਫ ਐਵਰੀਥਿੰਗ, ਬਟ ਕਾਫੀ ਕੁਛ ਰਿਲੇਟਡ ਜਿਹੜਾ ਸਾਡਾ ਰੋਜ਼ਮਰਾ ਜ਼ਿੰਦਗੀ ਨਾਲ ਹੁੰਦਾ ਹੈ ਉਸ ਨੂੰ ਡਾਕਟਰ ਕੰਡੋਲਾ ਆ ਕੇ ਗੱਲਬਾਤ ਕਰਦੇ ਨੇ ਕਿ ਕਿਸ ਤਰੀਕੇ ਨਾਲ ਗੁਰੂ ਦੇ ਸਿਧਾਂਤ ਨਾਲ ਜੁੜ ਸਕੀਏ। ਸੋ ਸਵਾਗਤ ਕਰਦੇ ਹਾਂ ਡਾਕਟਰ ਹਰਬੰਸ ਸਿੰਘ ਕੰਡੋਲਾ ਦਾ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਜੀ, ਜਿਵੇਂ ਆਪ ਜੀ ਨੇ ਦੱਸਿਆ ਕਿ ਪਿਛਲੇ ਕੁਛ ਐਪੀਸੋਡਸ ਦੇ ਵਿੱਚ ਆਪਾਂ ਇਹ ਡਿਸਕਸ਼ਨ ਸ਼ੁਰੂ ਕੀਤੀ ਧਾਰਮਿਕ ਕਾਨਸੈਪਟਸ ਦੀ ਜੀ। ਹੁਣ ਜਿਵੇਂ ਆਪ ਜੀ ਨੇ ਦੱਸਿਆ ਬਈ ਨਰਕ ਸੁਰਗ ਹੈਗਾ, ਕਰਮਾਂ ਥਿਊਰੀ ਹੈਗੀ ਆ, ਆਵਾਗਮਨ ਆ, ਇਹ ਕਾਨਸੈਪਟਸ ਨੇ ਜਿਹੜੇ ਸਾਡੇ ਬੜੇ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਹੇ ਜੀ। ਸੋ ਇਸੇ ਤਰ੍ਹਾਂ ਆਪਾਂ ਜਿਹੜੀ ਡਿਸਕਸ ਕਰ ਰਹੇ ਹੈਗੇ ਕਾਨਸੈਪਟ ਆਫ ਗੋਡ। ਅੱਛਾ, ਇੱਕ ਵਿਚਾਰਧਾਰਾ ਤਾਂ ਜਿਹੜੀ ਹੈਗੀ ਆ ਕੋਨਸੈਪਟ ਆਫ ਗਾਡ, ਜਿਹੜੀ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ ਜੀ, ਲੋਕ ਮੰਨ ਰਹੇ ਨੇ। ਹੁਣ ਇੱਕ ਰੱਬ ਗੋਡ ਬਾਰੇ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਤਾ ਨੂੰ ਦਿੱਤੀ ਹੈਗੀ ਜੀ। ਹੁਣ ਅਸੀਂ ਵੇਖਣਾ ਕਿ 21ਵੀਂ ਸਦੀ 'ਚ ਜਿਵੇਂ ਆਪ ਜੀ ਨੇ ਕਿਹਾ ਕਿ ਸਾਇੰਟੀਫਿਕ ਯੁੱਗ ਹੈਗਾ ਜੀ, ਅਤੇ ਅਸੀਂ ਤਾਂ ਇਹ ਵੇਖਣਾ ਕਿ ਕਿਹੜੀ ਜੀਵਨ ਸੇਧ ਸਾਨੂੰ ਕਾਨਸੈਪਟ ਦੇ ਵਿੱਚੋਂ, ਵਿਚਾਰਧਾਰਾ ਜਿਹੜੀਆਂ ਸਾਡੀਆਂ ਬਣੀਆਂ, ਵੀ ਇਹਦੇ ਵਿੱਚੋਂ ਸਾਨੂੰ ਕਿਹੜੀ ਜੀਵਨ ਸੇਧ ਮਿਲਦੀ ਬਈ ਜੀ। ਅੱਛਾ, ਦੂਜੀ ਗੱਲ, ਰੋਜ਼ਾਨਾ ਜੀਵਨ ਦੇ ਵਿੱਚ ਇਸ ਵਿਚਾਰ ਦਾ, ਵਿਸ਼ਵਾਸ ਸਿਸਟਮ ਦਾ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਕੀ ਮਕਸਦ ਆ? ਰਾਈਟ। ਅੱਛਾ, ਫਿਰ ਦੇਖਣਾ, ਅੱਛਾ ਅੱਛਾ, ਇਹਦੇ ਵਿੱਚ ਅਸੀਂ ਇਹ ਵੀ ਦੇਖਣਾ ਵੀ ਅੱਛਾ ਇਨਸਾਨ ਸੁਚਿਆਰਾ ਬਣਨਾ, ਇਹਦੇ ਵਿੱਚੋਂ ਸਾਨੂੰ ਕਿਹੜਾ ਉਪਦੇਸ਼ ਮਿਲਦਾ ਕਿ ਅਸੀਂ ਅੱਛੇ ਇਨਸਾਨ ਬਣ ਸਕੀਏ, ਸੁਚਿਆਰੇ ਬਣ ਸਕੀਏ? ਅੱਛਾ, ਕਿਵੇਂ ਖੁਸ਼ੀਆਂ, ਕਿਹੜਾ ਪੀਸ, ਹੈਪੀਨੈਸ ਸਾਨੂੰ ਉਸ ਨੂੰ ਕੋਨਸੈਪਟ ਨੂੰ ਪਾਲ ਕੇ, ਸਮਝ ਕੇ, ਉਹਦੇ 'ਤੇ ਚੱਲ ਕੇ ਸਾਨੂੰ ਖੁਸ਼ੀਆਂ, ਖੇੜਾ ਉਹਦੇ ਵਿੱਚੋਂ ਕਿਵੇਂ ਮਿਲਦਾ ਹੈ ਜੀ? ਅੱਛਾ, ਕਿਉਂ ਜ਼ਰੂਰੀ ਹੈ ਹਰਪ੍ਰੀਤ ਜੀ ਇਹਦੀ ਡਿਸਕਸ਼ਨ, ਜਿਹੜੀ ਕਿਉਂ ਜ਼ਰੂਰੀ ਹੈ ਕਿ ਸਭ ਕੁਛ ਬਦਲ ਗਿਆ, ਬਹੁਤ ਕੁਛ ਬਦਲ ਗਿਆ ਜੀ, ਪਰ ਜਿਹੜੀ ਮਨੁੱਖਤਾ ਦੀ ਧਾਰਮਿਕ ਵਿਚਾਰਧਾਰਾ ਨਾ ਜਿਹੜੀ, ਉਹ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਆ, ਉਹੀ ਚੱਲ ਰਹੀ ਹੈ, ਬਿਲਕੁਲ ਐਬਸੋਲੂਟਲੀ ਉਹੀ ਚੱਲ, ਉਹ ਨਹੀਂ ਬਦਲੀ, ਬਾਕੀ ਸਭ ਕੁਛ ਬਦਲ ਗਿਆ। ਅੱਛਾ, ਜਿੰਨੀਆਂ ਵੀ ਅੱਜ ਧਾਰਮਿਕ ਬਿਲੀਫ ਸਿਸਟਮ ਜੋ ਪ੍ਰਚਾਰ ਕੀਤਾ ਜਾਂਦਾ, ਔਰਗੇਨਾਈਜ਼ ਰਿਲੀਜ਼ਨ ਵੱਲੋਂ ਵੀ ਜੋ ਪ੍ਰਚਾਰ ਕੀਤਾ, ਸੋ ਇਹ ਲੌਜੀਕਲ ਆ, ਇਹ ਸੈਂਸ ਬਣਦੀ ਆ ਕਿ ਆਪਾਂ ਉਹਨਾਂ ਵਿਚਾਰਧਾਰਾ ਨੂੰ, ਕੋਨਸੈਪਟ ਨੂੰ ਲੌਜਿਕ ਦੇ ਆਧਾਰ 'ਤੇ, ਰੀਜ਼ਨ ਦੇ ਆਧਾਰ 'ਤੇ, ਰੈਲਵੈਂਸ ਦੇ ਆਧਾਰ 'ਤੇ, ਦਲੀਲ ਦੇ ਆਧਾਰ 'ਤੇ ਅਸੀਂ ਉਹਨਾਂ ਦੀ ਵਿਚਾਰ ਕਰੀਏ। ਐਬਸੋਲੂਟਲੀ ਕਰਨੀ ਚ ਕਰਨੀ ਬਣਦੀ ਹੈ ਜੀ। ਅੱਛਾ, ਕਿਉਂਕਿ ਬਹੁਤ ਸਾਰੀਆਂ ਅਸੰਪਸ਼ਨਸ ਨੇ, ਕਈ ਵਾਰੀ ਫੈਕਟ ਨੀਗੀਆਂ, ਸੋ ਸਾਨੂੰ ਇਹ ਦੇਖਣਾ ਕਿ ਅੱਜ ਦੇ ਯੁੱਗ ਵਿੱਚ ਬਈ ਮੈਨੂੰ ਇਹਦੇ ਵਿੱਚੋਂ ਕੀ ਮਿਲਦਾ, ਬਲਾਈਂਡਲੀ ਅਸੀਂ ਉਹਨੂੰ ਫਾਲੋ ਨਾ ਕਰਦੇ ਜਾਈਏ। ਰਾਈਟ, ਇਹ ਗੁਰਮੁਖ ਦਾ ਜਿਹੜਾ ਸਿਧਾਂਤ ਹੈਗਾ। ਅਪੀ ਜੀ, ਇੱਥੋਂ ਪਹਿਲਾਂ ਕਿ ਆਪਾਂ ਜਿਹੜਾ ਕੋਨਸੈਪਟ ਆਫ ਗਾਡ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰੀਏ ਨਾ, ਮੈਂ ਆਪ ਜੀ ਨਾਲ ਇੱਕ ਹੋਰ ਵਿਚਾਰ ਮੇਰੇ ਮਨ 'ਚ ਆਇਆ ਜਿਹੜਾ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਅਸੀਂ ਸਾਰੀ ਮਨੁੱਖਤਾ ਹੀ, ਇਹ ਕੋਸ਼ਿਸ਼ ਹੈ ਸਾਡੀ ਸਾਰੀ ਕਿ ਸਾਡੇ ਅੰਦਰ ਕਿਵੇਂ ਕੋਈ ਤਬਦੀਲੀ ਆਵੇ। ਰਾਈਟ, ਇਹੀ ਹੈ ਨਾ? ਬਿਲਕੁਲ। ਅੱਛਾ, ਅਸੀਂ ਸਾਡੀ ਜਿਹੜੀ ਸੋਚ ਆ, ਜੀਵਨ ਦਾ ਢੰਗ ਆ ਸਾਡਾ, ਬਈ ਅਸੀਂ ਇਹ ਕਿਵੇਂ ਬਦਲੀਏ, ਜੀਵਨ ਅੰਦਰ ਸੁੱਖ ਖੁਸ਼ੀਆਂ ਖੇੜਾ ਅਸੀਂ ਕਿਵੇਂ ਲਿਆਈਏ? ਅੱਛਾ, ਹੁਣ ਇਹ ਖੁਸ਼ੀ ਇਹ ਖੇੜੇ ਮਿਲਣੇ ਤਾਂ ਗੁਰਬਾਣੀ ਦੀ, ਗੁਰੂ ਦੀ ਮੱਤ ਲੈ ਕੇ ਹੀ ਆ ਨਾ। ਬਿਲਕੁਲ, ਗੁਰਬਾਣੀ ਦੇ ਵਿੱਚੋਂ ਹੀ ਆ ਨਾ, ਗੁਰੂ ਗਿਆਨ ਲੈ ਕੇ ਆ, ਵਿਜ਼ਡਮ ਲੈ ਕੇ ਚੱਲਣਾ ਹੈਗਾ ਨਾ। ਅੱਛਾ, ਉਹਦੇ 'ਚ ਮੈਂ ਦੇਖਦਾ, ਦੇਖੋ ਦੋ ਤਰੀਕੇ ਮੈਂ ਸੋਚਦਾ ਸੀ ਵੀ ਕਿਵੇਂ ਹੋ ਸਕਦਾ ਹੈਗਾ ਇਹ। ਦੋ ਤਰੀਕੇ, ਇੱਕ ਤਾਂ ਪਹਿਲਾ ਹੈਗਾ ਵੀ ਗੁਰਬਾਣੀ ਅਸੀਂ ਆਪ ਪੜ੍ਹੀਏ। ਬਿਲਕੁਲ,
है ना, ये जरूरी है। गुरबाणी असी आप पढ़िए, देखो मैं कोई ना तो स्कॉलर हैगा, ना प्रचारक हैगा, ना कोई ज्ञानी हैगा, रिटायर्ड बैंकर हाँ, फैमिली मैन है। राइट। अच्छा हरप्रीत जी, मैं 1977 दे विच गुरबाणी पढ़नी शुरू की थी। अच्छा 1977 पहली बारी मैं ये जड़ियाँ 77 विच इंडिया विचों प्रोफेसर साहब सिंह दियाँ मैं पोथियाँ जड़ियाँ है गुरबाणी दर्पण मैं लैके आया सी। हुण तां इंटरनेट ते मिलता हैगा, और पहली बारी मैं 4 सालों दे विच गुरु ग्रंथ साहब नूं पढ़िया सी। 4 सालों दे विच और अपने नोट्स बना के मैं पढ़िया, उन्हूं समझिया ते जीवन दे विच नाल दी नाल उन्हूं धारण कीता। राइट। 4 सालों दे विच उस तों बाद फिर दोबारा पढ़िया 2 सालों दे विच। राइट। अच्छा हाँ दूजी बारी मैं 2 साल ये उपर यही यही जानने की कोशिश की कि साडा गुरबाणी अनुसार मेरे जीवन का ढंग की होना चाहिए। यही जानने की कोशिश बी आप संस्कार बदलने, आदतां बदलनियाँ, सोच साडा नज़रिया बदलना, जां फिर यह हैगा बी तुसी सुनो। चलो जी आप नहीं पढ़ते ना, सुनो तुसी कार च जांदे ही सुन लो, इसे तरह भी सुनो, सुनो पर समझो तो जीवन अंदर उसनों धारण करो। ये बहुत जरूरी हैगा। हुण देखो ये हरप्रीत जी ये जड़ा हैगा ना, ये प्रोसैस है जड़ा एक दिन या एक महीने च नहीं हुंदा हैगा। राइट। ये नितनेम की जिहड़ी गल हैगी, रोजाना नितनेम की गल हैगी, 10-15 मिनट तुसी हर रोज़ करो। उहदे च की करना हैगा, उहदे च असीं अपने बारे अपने जिहड़े विचार ने, दूजियां बारे ते संसार बारे जिहड़े साडा नज़रिया ना, असीं उहनूं बदलना जी। असीं अपने जिहड़े पॉजिटिव थॉट्स ने अपने अंदर वो क्रिएट करने रोजाना बेस ते। जिवें आपां गल कीती ना, एक साइंटिस्ट कहिंदा तुहाडा मन ते हर रोज़ चेंज हुंदा है। बिल्कुल। सो ये रोजाना का कर नितनेम आ भी असी पॉजिटिव जिहड़े जिहड़े थॉट्स ने वो असी अपने अंदर क्रिएट करिए, तो जिहड़े नैगेटिव थॉट्स ने उन्होंने असी ड्रॉप करिए, रोजाना की गल। बिल्कुल। जिहड़ा तुसी नितनेम का जिक्र किया, असी यह समझ बैठे हैं कि नितनेम का मतलब है कि 5 बाणियां पढ़ लो बस, एंड जिस तरह असी पढ़ते हैं सानू पता हैगा। सो बेसिकली जिस तरह तुसी कहा कि अवेयर होइए साडियां जिहड़ियां थॉट्स ने कि असी उन्होंने पॉजिटिव वाले पास किमें लैके जाना, तो किस तरह उन्होंने चीज़ों जो गुरबाणी करिए असी रोज़मर्रा जिंदगी अडोप्ट कर डेली लाइफ के अडोप्ट कर। जिम्मे पहले दस मैंने 4 साल के मैं एक बारी गुरु ग्रंथ साहब नूं पढ़िया, क्योंकि मैं हर शब्द के देखिया लिखिया नोट्स पढ़ा, मेरिया कापियां भरिया पईआं भी इस शब्द के मैं मैसेज की मिलिया जी, मैं की सीखिया ये सोचा विचारिया फिर वो आप। हाँ ये काम कोई एड्डा औखा नहीं है, यदि कमिटमेंट चाहिए है, रियलाइजेशन ही चाहिए, हर कोई कर सकता हैगा, है ना, अपनी मर्जी हैगी है, बड़े तरीके है। हुण गुरबाणी तां दाते दात रखी हथ अपने जिस भाव है तिस दे, बई ये तो ज्ञान तेरे सामने है, डिवाइन विजडम तेरे सामने है, गुरां दा खजाना तेरे सामने है, तेरी मर्जी है तू लै लै, तेरी मर्जी तू नहीं लैना। ना ये है भी किसी नूं फोर्स तो किया नहीं जा सकता जी। अपना यही है भी अपने जो विचार का मतलब है, पिछले हफ्ते आप विचार की अपने टॉपिक पर आप हुणे आईए भी अपने गल कह कर रहे हैं गुरु नानक पातशाह दे कॉन्सैप्ट जिहड़ी रब बारे सानू गुरु नानक पातशाह ने की दस्या। जिवें आप शुरू च गल की सी, मैं हरप्रीत जी मैनू नहीं पता भी मैं किन्ना उसनू एक्सप्लेन कर सकूँगा, पर मेरे मन च यह हैगी आ भी जे अज मनुखता आप गल करांगे अगे चल के, अज मनुखता गुरु नानक पातशाह की इस विचारधारा की समझ आ जाए ना, बहुत सारिया दुनिया दिया धार्मिक धार्मिक समस्यावां हल हो जांदियां जी, है ना। आप कोशिश करते हैं उन्हें समझण की। अच्छा मनुखता 1000 सालों तो कैसे गॉड रब की पूजा करती आ रही है, उहदे विचों जीवन मुक्ति भाड़ती है। राइट। अच्छा गुरमत का सिद्धांत की है, अपनी कोशिश यही है कि आप समझना गुरमत का सिद्धांत की है, गुरु नानक पातशाह कैसे गॉड केड़े रब की विचारधारा करते हैं, किड़े रब की सिफत सलाह करने सानू उपासना करने की जी है वह सिख्या देंगे ने उपदेश देंगे ने। इत हरप्रीत जी आप एक गल कर लिए भी जो आप कॉन्सैप्ट ऑफ गॉड रब की गल करते हैं ना, असी धर्म नू ते रब नू दो वक्रे वक्रे टॉपिक नहीं है, ये इको ही है, जिहा जिहा साडा रब है ओह जिहा साडा धर्म है, वो धर्म ते रब नू आप वक्रे जो आप गल करते हैं विचारधारा गुरु नानक पातशाह दे रब की विचारधारा की, सो आप रब की धर्म की सिख धर्म की कट्ठी इको ही गल हैगी है, उहदे च कोई नहीं, क्योंकि ज गुरबंद का सिद्धांत है ना, ये मन जैसा सेवे तैसा होए ते ये कर्म कमाए, जह जहा साडा रब
ਉਹੇ ਜਿਹੇ ਸਾਡੇ ਵਿਚਾਰ ਵਿਸ਼ਵਾਸ ਬਣ ਜਾਂਦੇ ਨੇ, ਉਹੇ ਸਾਡੇ ਬਿਲੀਫ ਸਿਸਟਮ ਬਣ ਜਾਂਦੇ ਨੇ, ਉਹੇ ਜਿਹੀਆਂ ਸਾਡੀਆਂ ਕਦਰਾਂ ਕੀਮਤਾਂ ਜਿਹੜੀਆਂ ਬਣ ਜਾਂਦੀਆਂ। ਹੁਣ ਅਸੀਂ ਵੇਖਣਾ ਹੈ ਕਿ ਜੋ ਰੱਬ ਗੋਡ ਬਾਰੇ ਜਿਹੜੀ ਪ੍ਰਚਲਿਤ ਬਿਲੀਫ ਸਿਸਟਮ ਆ, ਅਸੀਂ ਦੇਖਣਾ ਵੀ ਉਹਦੇ ਆਪਾਂ ਕੰਪੈਰੀਜ਼ਨ ਕਰਨਾ, ਦੇਖਣਾ ਵੀ ਉਹ ਇੱਕ ਤਾਂ ਸਾਡੇ ਕੋਲ ਪ੍ਰਚਲਿਤ ਆ 1000-1000 ਸਾਲਾਂ ਦੀ, ਅਸੀਂ ਦੇਖਣਾ ਵੀ ਉਹਦੇ ਵਿੱਚੋਂ ਸਾਨੂੰ ਕਿਹੜੀ ਜੀਵਨ ਸੇਧ ਮਿਲਦੀ ਹੈ, ਉਹਦੇ ਵਿੱਚੋਂ ਰੋਜ਼ਾਨਾ ਜੀਵਨ ਦੇ ਸਾਡੇ 'ਚ ਕੀ ਮਕਸਦ ਆ, ਉਹਦੇ ਵਿੱਚੋਂ ਮਨੁੱਖਤਾ ਨੂੰ ਸੁਚਿਆਰਾ ਬਣਨ ਦਾ, ਅੱਛਾ ਇਨਸਾਨ ਬਣਨ ਦਾ ਖੁਸ਼ੀਆਂ ਖੇੜਾ ਕਿਵੇਂ ਮਿਲਦਾ, ਅਸੀਂ ਇਹ ਦੇਖਣਾ ਹੈਗਾ। ਰਾਈਟ, ਅੱਛਾ, ਸੋ ਬਿਲਕੁਲ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਜੋ ਇੱਕ ਟ੍ਰੈਡੀਸ਼ਨਲ ਅਪਰੋਚ ਅਸੀਂ ਥੋਟ ਪ੍ਰੋਸੈਸ ਆਪਣੇ ਬਿਠਾਇਆ ਹੋਇਆ, ਕਿਸ ਤਰ੍ਹਾਂ ਉਸ 'ਚੋਂ ਨਿਕਲ ਕੇ ਅਸੀਂ ਜੋ ਗੁਰੂ ਨਾਨਕ ਦਾ ਸਹੀ ਸਿਧਾਂਤ ਹੈ ਉਸ ਨਾਲ ਜੁੜ ਕੇ ਆਪਣੇ ਜੀਵਨ ਵਿੱਚ ਪਰਿਵਰਤਨ ਲਿਆ ਕੇ ਸਮਾਜ ਵਿੱਚ ਆਪਣੀ ਕੌਮ ਵਿੱਚ ਅਸੀਂ ਚੰਦ ਤਬਦੀਲੀ ਲਿਆਉਣੀ ਹੈ, ਇਸ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ ਇਸ ਬ੍ਰੇਕ ਤੋਂ ਬਾਅਦ। ਘਰ ਨੂੰ ਅੰਦਰੋਂ ਤਾਂ ਚੰਗੇ ਤਰੀਕੇ ਨਾਲ ਸੋਨਾ ਬਣਾ ਲਿਆ ਹੈ, ਪਰ ਬਾਹਰ ਦੀ ਦਿੱਖ ਨੂੰ ਵਧੀਆ ਬਣਾਉਣ ਲਈ ਚਿੰਤਤ ਹੋ ਤਾਂ ਆਓ ਪੈਸੀਫਿਕ ਆਰਟ ਸਟੋਨ ਤੇ, ਜਿੱਥੇ ਤੁਹਾਨੂੰ ਰੇਲ ਸਟੋਨ, ਮੈਨੂਫੈਕਚਰਡ ਸਟੋਨ ਵਿਨੀਅਰ, ਲਾਈਮ ਸਟੋਨ, ਗ੍ਰੈਨਾਈਟ, ਮਾਰਬਲ ਆਦਿ ਦੀ ਵਧੀਆ ਕਲੈਕਸ਼ਨ ਲੈਣ ਨੂੰ ਮਿਲੇਗੀ। 2006 ਤੋਂ ਇਹ ਹਾਈ ਕੁਆਲਿਟੀ ਦੇ ਪ੍ਰੋਡਕਟਸ ਤੇ ਵਧੀਆ ਕਸਟਮਰ ਸਰਵਿਸ ਲਈ ਮਸ਼ਹੂਰ ਹਨ। ਇਹ ਨੈਚੁਰਲ ਤੇ ਮੈਨੂਫੈਕਚਰਡ ਸਟੋਨ ਵਿਨੀਅਰ ਦੇ ਨਾਮਵਰ ਮੈਨੂਫੈਕਚਰ ਤੇ ਇੰਪੋਰਟਰ ਹਨ। ਐਕਸਟੀਰੀਅਰ ਫਲੋਰਿੰਗ, ਡੈਕਸ, ਪੌੜੀਆਂ ਦੀ ਵੀ ਕਲੈਕਸ਼ਨ ਰੱਖਦੇ ਹਨ। ਅੱਜ ਹੀ ਆਓ 8585123 Street, Surrey, 6045905999। ਕਿਸ ਤਰੀਕੇ ਨਾਲ ਅਸੀਂ ਆਪਣੇ ਜੀਵਨ ਵਿੱਚ ਤਬਦੀਲੀ ਲਿਆਈਏ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਗੁਰੂ ਨਾਨਕ ਦਾ ਸਿਧਾਂਤ ਜਿਹੜਾ ਹੈਗਾ ਹੈ ਇੱਕ ਵੱਖਰਾ ਸਿਧਾਂਤ ਹੈ, ਇੱਕ ਟ੍ਰੈਡੀਸ਼ਨਲ ਅਪਰੋਚ ਨਹੀਂ ਹੈਗੀ ਟੂਵਰਡਸ ਰਿਲੀਜਨ, ਕਿਉਂਕਿ ਰਿਲੀਜਨ ਨੂੰ ਜਦੋਂ ਅਸੀਂ ਕਨਫਾਈਨ ਕਰ ਦਿੱਤਾ ਸਿਰਫ ਕੁਝ ਟ੍ਰੈਡੀਸ਼ਨਸ ਦੇ ਨਾਲ ਜਾਂ ਕੁਝ ਸੁਪਰਸਟੀਸ਼ਨਸ ਦੇ ਨਾਲ ਜੋ ਅੱਜ ਅਸੀਂ ਵੇਖ ਰਹੇ ਹਾਂ, ਤਾਂ ਫਿਰ ਅਸੀਂ ਸਿੱਖੀ ਦਾ ਸਹੀ ਜੋ ਕੋਨਸੈਪਟ ਹੈ ਰੱਬ ਬਾਰੇ ਉਸ ਬਾਰੇ ਨਹੀਂ ਸਮਝ ਸਕਾਂਗੇ। ਕੀ ਕਹਿ ਰਹੇ ਨੇ ਗੁਰੂ ਨਾਨਕ ਜੀ, ਆਓ ਇਸ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ ਡਾਕਟਰ ਹਰਬੰਸ ਸਿੰਘ ਕੰਡੋਲਾ ਤੋਂ। ਜੀ, ਆਪਾਂ ਵਿਚਾਰ ਕਰ ਰਹੇ ਸੀਗੇ 1000 ਸਾਲਾਂ ਤੋਂ ਰੱਬ ਬਾਰੇ ਵਿਸ਼ਵਾਸ ਬਣਿਆ ਹੋਇਆ, ਵਿਚਾਰਧਾਰਾ ਬਣੀ ਹੋਈ ਆ, ਅਸੀਂ ਦੇਖਣਾ ਬਈ ਉਸ ਵਿਸ਼ਵਾਸ ਵਿੱਚੋਂ ਸਾਨੂੰ ਕਿਹੜੀ ਜੀਵਨ ਸੇਧ ਮਿਲਦੀ ਹੈ, ਸਾਨੂੰ ਕਿਹੜਾ ਗਿਆਨ ਮਿਲਦਾ, ਕਿਹੜਾ ਉਪਦੇਸ਼ ਮਿਲਦਾ ਕਿ ਅਸੀਂ ਜੀਵਨ ਦੇ ਵਿੱਚ ਖੁਸ਼ੀਆਂ ਖੇੜਾ। ਸੋ ਸਾਨੂੰ ਉਹ ਕੋਨਸੈਪਟ ਨੂੰ ਵੀ ਜਾਣਨ ਦੀ ਲੋੜ ਹੈ ਜੀ, ਅਸੀਂ ਨਾ ਸਾਨੂੰ ਜਾਣਨ ਦੀ ਲੋੜ ਆ ਬਈ ਉਹਦੇ ਬਾਰੇ 'ਚ ਵੀ ਵਿਚਾਰ ਕਰੀਏ, ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਉਹਦੇ ਵਿੱਚੋਂ ਸਾਨੂੰ ਕੀ ਮਿਲਦਾ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਵਿਚਾਰ ਹੈਗਾ, ਕੋਨਸੈਪਟ ਕੀ ਹੈਗੀ ਆ। ਹੁਣ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ 1000 ਸਾਲਾਂ ਤੋਂ ਧਰਮ ਦੇ ਪੁਜਾਰੀਆਂ ਨੇ, ਧਰਮ ਦੇ ਜਿਹੜੇ ਰਾਖੇ ਨੇ, ਪ੍ਰਚਾਰਿਆ, ਪੜ੍ਹਾਇਆ ਗਿਆ, ਇਹ ਸਾਨੂੰ ਦੱਸਿਆ ਗਿਆ ਕਿ ਜੋ ਕੁਝ ਵੀ ਦੁਨੀਆ ਅੰਦਰ ਦਿਖਾਈ ਦੇ ਰਿਹਾ ਨਾ, ਉਸਦਾ ਕਰਤਾ ਕ੍ਰੀਏਟਰ ਗੋਡ ਹੈ, ਰੱਬ ਹੈ। ਗੋਡ ਨੇ ਇਹ ਯੂਨੀਵਰਸ ਕ੍ਰੀਏਟ ਕੀਤੀ। ਆਪਾਂ ਅੱਗੇ ਚੱਲ ਕੇ ਦੱਸਾਂਗੇ ਇਹਨਾਂ ਵਿਚਾਰਧਾਰਾਂ ਦਾ ਸਾਡੇ ਨੁਕਸਾਨ ਕੀ ਹੋਇਆ ਹੈਗਾ, ਅਸੀਂ ਕਿਵੇਂ ਗੁੰਮਰਾਹ ਹੋਏ ਹਾਂ ਇਹ ਵਿਸ਼ਵਾਸ ਨੂੰ ਅੱਜ ਤੱਕ ਪਾਲੀ ਜਾਣ ਦੇ ਵਿੱਚ। ਇਹ ਵਿਚਾਰ ਆਪਾਂ ਉੱਥੇ ਲੈ ਕੇ ਜਾਣੀ ਹੈਗੀ ਹੈ। ਇਹ ਇੱਕ ਵਿਸ਼ਵਾਸ ਸੀ ਕਿ ਮੰਨ ਲਿਆ, ਮਤਲਬ ਇਹ ਗੋਡ ਕ੍ਰੀਏਟਰ ਹੈ ਯੂਨੀਵਰਸ ਦਾ, ਇਹ ਇੱਕ ਵਿਸ਼ਵਾਸ ਸੀ, ਵਿਚਾਰਧਾਰਾ ਸੀ, ਕੋਨਸੈਪਟ ਸੀ, ਇਹ ਮੰਨ ਲਿਆ ਗਿਆ। ਐਸਾ ਅਜ਼ੰਪਸ਼ਨ ਜਿਹਨੂੰ ਕਹਿੰਦੇ ਆ, ਹੈ ਨਾ, ਇਹ ਐਸਾ ਮੰਨ ਲਿਆ ਗਿਆ। ਉਹ ਗੋਡ ਫਿਰ ਇਹ ਵੀ ਲੋਕਾਂ ਦੇ ਵਿੱਚ ਪ੍ਰਚਾਰਿਆ ਗਿਆ ਕਿ ਉਹ ਗੋਡ ਸੁਪਰ ਨੈਚੁਰਲ ਬੀਂਗ ਆ, ਉਹ ਸਰਵ ਸ਼ਕਤੀਮਾਨ ਆ, ਉਹ ਇੱਛਾ ਪੂਰਕ ਆ, ਸਾਰੀਆਂ ਦਾਤਾਂ ਦਿੰਦਾ, ਅਤੇ ਉਹ ਗੋਡ ਜਿਹੜਾ ਹੈਗਾ ਉਹ ਇਸ ਮਨੁੱਖਤਾ ਤੋਂ ਬਾਹਰ ਆ। ਇਹ ਸਾਨੂੰ 1000 ਸਾਲਾਂ ਤੋਂ ਪੜ੍ਹਾਇਆ ਗਿਆ, ਪ੍ਰਚਾਰਿਆ ਗਿਆ। ਔਰ 95% ਹਰਪ੍ਰੀਤ ਜੀ, ਇੰਟਰਸਟਿੰਗ ਆ ਗੱਲ, 95% ਜਿਹੜੇ ਸਿੱਖ ਪ੍ਰਚਾਰਕ ਨੇ ਉਹ ਇਹੀ ਪ੍ਰਚਾਰ ਕਰਦੇ ਹੈਗੇ। ਆਪਾਂ ਅੱਗੇ ਦੇਖਾਂ ਵੀ ਇਹਦੇ ਵਿੱਚੋਂ ਮਿਲਦਾ ਕੀ ਹੈ ਜੀ। ਮੇਰੇ ਬਹੁਤ ਬਿਲੀਫ ਇਸ ਵੇਲੇ ਬਹੁਤ ਸਾਰੇ ਬਿਲੀਫ ਸਿਸਟਮ ਨੇ, ਜਿਵੇਂ ਆਪਾਂ ਨਰਕ ਸੁਰਗ, ਬਈ ਐਸੇ ਵਿਸ਼ਵਾਸ ਦੇ ਆਧਾਰ 'ਤੇ। ਹੁਣ ਦੱਸੋ, ਇਹ ਜਿਹੜਾ ਵਿਚਾਰਿਆ ਗਿਆ ਸਾਨੂੰ 1000 ਸਾਲਾਂ ਤੋਂ, ਹੁਣ ਅਸੀਂ ਦੇਖਣਾ ਵੀ ਐਸੇ ਵਿਸ਼ਵਾਸ ਦੇ ਆਧਾਰ 'ਤੇ ਮਨੁੱਖ ਰੱਬ ਕੋਲੋਂ ਧਰਮ ਵਿੱਚੋਂ ਦੁਨਿਆਵੀ ਮੰਗਾਂ ਹੀ ਮੰਗਦਾ ਰਿਹਾ। ਰਾਈਟ, ਠੀਕ ਹੈ ਨਾ, ਦੁਨਿਆਵੀ ਮੰਗਾਂ, ਮੁਕਤੀ ਮਰਨ ਤੋਂ ਬਾਅਦ ਦੀ ਲੱਭਦਾ ਰਿਹਾ ਹੈਗਾ, ਪਰ ਬਾਹਰਲੀ ਦੁਨੀਆ ਸਵਾਰਨ ਦੀ ਗੱਲ ਕਰਦਾ ਰਿਹਾ। ਖੁਸ਼ੀਆਂ ਖੇੜਾ ਜਿਹੜਾ ਹੈਗਾ ਅੱਜ ਤਾਈਂ ਮਨੁੱਖ ਬਾਹਰੋਂ ਭਾਲਦਾ, ਕਹਿੰਦਾ ਜੀ ਕੋਨਸੈਪਟ ਹੀ ਇਹ ਸੀ ਕਿ ਰੱਬ ਬਾਹਰ ਆ ਤਾਂ ਅਸੀਂ ਬਾਹਰੋਂ ਹੀ ਭਾਲਣੀ ਆ ਨਾ। ਬਿਲਕੁਲ, ਤੋ ਇਹੀ ਹੁੰਦਾ ਰਿਹਾ ਦੁਨੀਆ। ਐਸਾ ਤਾਂ ਹੋਇਆ ਮਨੁੱਖ ਦੇ, ਕਿਉਂਕਿ ਐਸਾ ਤਾਂ ਹੋਇਆ ਹੈਗਾ ਕਿ ਗੋਡ ਰੱਬ ਨੂੰ ਬਾਹਰਲੀ ਦੁਨੀਆ ਸ੍ਰਿਸ਼ਟੀ ਬਈ ਰੱਬ ਨੇ ਸਾਜੀ ਆ, ਅਤੇ ਦੁਨੀਆ ਦੀ ਜਿਹੜੀ ਹੈਗੀ ਆ ਇਹ ਜੋ ਕੁਛ ਵੀ ਮਿਲਦਾ ਇਹ ਬਾਹਰੋਂ ਮਿਲਦਾ, ਇਹ ਸ੍ਰਿਸ਼ਟੀ ਰੱਬ ਨੇ ਕਰਤਾ ਮੰਨ ਲਿਆ ਹੈ, ਇਹ ਦਾਤਾਂ ਦੇਣ ਵਾਲਾ ਮੰਗ ਲਿਆ।
ਅਸੀਂ ਹਰਬੀ ਜੀ ਅੱਗੇ ਵਿਚਾਰ ਕਰਾਂਗੇ ਕਿ ਦੇਖੋ ਨਾ ਇਹ ਵੀ ਉਹ ਗੁਰੂ ਨੇ ਰੱਬ ਨੇ ਬਾਹਰਲੀ ਸ੍ਰਿਸ਼ਟੀ ਸਾਜੀ ਹੈ ਅਤੇ ਦਾਤਾਂ ਦੇਣ ਵਾਲਾ ਹੀ ਉਹ, ਅਸੀਂ ਬਾਹਰੋਂ ਹੀ ਇਹ ਸਭ ਕੁਛ ਭਾਲਦੇ ਰਹੇ ਹਾਂ। ਅਸੀਂ ਅੱਗੇ ਵਿਚਾਰ ਕਰਾਂਗੇ ਕਿ ਰੱਬ ਨੇ ਇਹ ਯੂਨੀਵਰਸ ਕ੍ਰੀਏਟ, ਵਿਚਾਰ ਕਰਾਂਗੇ ਕਿ ਐਸੀ ਸੋਚ ਵਿੱਚੋਂ, ਬਲੀਫ ਵਿੱਚੋਂ ਅਸੀਂ ਕਿਹੜੀ ਸੇਧ ਮਿਲੀ। ਅਸੀਂ ਵਿਚਾਰ ਕਰਾਂਗੇ ਕਿ ਗੁਰਬਾਣੀ ਤਾਂ ਬਾਹਰਲੀ ਸ੍ਰਿਸ਼ਟੀ, ਫਿਜ਼ੀਕਲ ਵਰਲਡ ਸਾਜਣ ਦੀ ਗੱਲ ਹੀ ਨਹੀਂ ਕਰਦੀ। ਰੱਬ ਨੇ ਇਹ ਸੁਨੀਆ ਸਾਜੀ, ਗੁਰਬਾਣੀ ਤਾਂ ਇਹ ਬਾਹਰਲੀ ਸ੍ਰਿਸ਼ਟੀ ਦੀ ਗੱਲ ਹੀ ਨਹੀਂ ਕਰਦੀ, ਗੁਰਬਾਣੀ ਤਾਂ ਤੇਰੀ ਐਸ ਸ੍ਰਿਸ਼ਟੀ ਸਾਜਣ ਦੀ ਗੱਲ ਕਰਦੀ ਹੈ ਜੀ। ਹੁਣ ਇਹ ਵੀ ਕਈ ਵਾਰੀ ਲੋਕ ਕਹਿਣਗੇ ਬਈ ਇਹ ਦੇਖੋ ਜੀ ਇਹ ਇੰਟਲੈਕਚੁਅਲ ਲੈਵਲ 'ਤੇ ਤੁਸੀਂ ਗੱਲ ਕਰਦੇ ਹੋ। ਅਸੀਂ ਇੰਟਲੈਕਚੁਅਲ ਲੈਵਲ ਨਹੀਂ, ਆਪਾਂ ਗੱਲ ਕਰਾਂਗੇ ਗੁਰਬਾਣੀ ਦੇ ਵਿੱਚੋਂ ਜੀ, ਵੀ ਸਾਨੂੰ ਇਹਦੇ ਵਿੱਚੋਂ ਸੇਧ ਕਿਹੜੀ ਮਿਲਦੀ ਹੈ ਵਿਚਾਰਧਾਰਾ ਦੇ ਵਿੱਚੋਂ। ਦੇਖੋ ਹੁਣ ਹਰਪ੍ਰੀਤ ਜੀ, ਗੁਰਬਾਣੀ ਦੇ ਵਿੱਚੋਂ ਮਤਲਬ ਮੈਂ ਫਿਰ ਦੁਹਰਾ ਦਿਆਂ ਬਈ ਆਪਾਂ ਇਹ ਦੇਖਣਾ ਹੈਗਾ ਕਿ ਇਹ ਵਿਸ਼ਵਾਸ ਕਿ ਦੁਨੀਆ ਜਿਹੜੀ ਬਣਾਈ ਆ ਇਹ ਰੱਬ ਨੇ ਬਣਾਈ ਆ, ਅਤੇ ਅਸੀਂ ਬਾਹਰੋਂ ਹੀ ਸ੍ਰਿਸ਼ਟੀ ਨੂੰ ਭਾਲਦੇ ਰਹੇ ਹਾਂ, ਇਹ ਸ੍ਰਿਸ਼ਟੀ ਰੱਬ ਨੇ ਬਾਹਰਲੀ ਸ੍ਰਿਸ਼ਟੀ ਕ੍ਰੀਏਟ ਕੀਤੀ ਆ। ਆਪਾਂ ਗੱਲ ਕਰਨੀ ਹੈ ਕਿ ਗੁਰਬਾਣੀ ਕਿਹੜੀ ਸ੍ਰਿਸ਼ਟੀ ਦੀ ਗੱਲ ਕਰਦੀ ਹੈ ਜੀ, ਕਿਹੜੀ ਸ੍ਰਿਸ਼ਟੀ ਕ੍ਰੀਏਟ ਕਰਨ ਦੀ ਗੱਲ ਕਰਦੀ ਹੈ। ਗੁਰਬਾਣੀ ਨੂੰ ਪਿਛਲੇ 20 ਸਾਲ ਹਰਪ੍ਰੀਤ ਜੀ ਪੜ੍ਹਨ ਤੋਂ ਮੈਨੂੰ ਤਾਂ ਗੁਰਬਾਣੀ ਦੇ ਵਿੱਚੋਂ ਇਹ ਸਮਝ ਆਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਹ ਵਿਚਾਰ ਹੀ ਨਹੀਂ ਛੇੜੀ ਹੈਗੀ। ਉਹ ਗੁਰੂ ਨਾਨਕ ਪਾਤਸ਼ਾਹ ਸਾਇੰਟਿਸਟ ਨਹੀਂ ਸੀਗੇ, ਕਈ ਲੋਕ ਉਹਨਾਂ ਨੂੰ ਸਾਇੰਟਿਸਟ ਬਣਾਉਣ ਦੀ ਕੋਸ਼ਿਸ਼ ਕਰਦੇ। ਗੁਰੂ ਨਾਨਕ ਪਾਤਸ਼ਾਹ ਸਪਿਰਚੁਅਲ ਵਿਜ਼ਨਰੀ ਸੀਗੇ, ਉਹਨਾਂ ਨੇ ਤਾਂ ਮਨ ਦੀ ਗੱਲ ਕੀਤੀ ਹੈ, ਉਹਨਾਂ ਨੇ ਤੁਹਾਡੀ ਅੰਦਰਲੀ ਸ੍ਰਿਸ਼ਟੀ ਦੀ ਗੱਲ ਕੀਤੀ ਹੈ, ਉਹਨਾਂ ਨੇ ਤੁਹਾਡੀ ਕੌਨਸ਼ੀਅਸ ਦੀ ਗੱਲ ਕੀਤੀ ਹੈ, ਇਹ ਯੂਨੀਵਰਸ ਕਦੋਂ ਬਣੀ, ਕਿਵੇਂ ਬਣੀ, ਕਿਹਨੇ ਬਣਾਈ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਇਹ ਗੱਲ ਹੀ ਨਹੀਂ ਛੇੜੀ ਹੈਗੀ। ਦੇਖੋ ਯੂਨੀਵਰਸ, ਪਹਿਲੀ ਗੱਲ ਤਾਂ ਯੂਨੀਵਰਸ ਹਰਬੀ ਦੀ ਕਿੰਨੀ ਕੰਪਲੈਕਸ ਆ, ਕਿੰਨੀ ਵੱਡੀ ਆ, ਵੈਸਟ ਆ, ਬਿਲੀਅਨਸ ਪਲੈਨਟਸ ਨੇ, ਬਿਲੀਅਨ ਈਅਰਸ ਪਹਿਲਾਂ ਬਣੀ ਹੈਗੀ ਆ, ਨੋਬਡੀ ਨੋਸ। ਇਸ ਵਿਚਾਰ ਵਿੱਚੋਂ ਨਿਕਲਦਾ ਕੁਛ ਨਹੀਂ, ਮੇਰੇ ਕਹਿਣ ਦਾ ਭਾਵ ਆ। ਹੁਣ ਦੇਖੋ ਇੱਕ ਵੇਲੇ ਮੰਨ ਲਿਆ ਗਿਆ ਸੀਗਾ ਕਿ ਇਹ ਦੁਨੀਆ, ਇਹ ਜਿਹੜੀ ਧਰਤੀ ਆ ਨਾ, ਇਹ ਫਲੈਟ ਆ ਜੀ, ਅਸੰਪਸ਼ਨ ਸੀ ਨਾ, ਮੰਨ ਲਿਆ ਗਿਆ, ਤੇ ਪਿੱਛੋਂ ਸਾਬਤ ਹੋਈ ਕਿ ਇਹ ਤਾਂ ਐਸਾ ਹੈ ਹੀ ਨਹੀਂ ਗਾ। ਰਾਈਟ, ਅੱਛਾ ਅੱਛਾ, ਦੂਜੀ ਧਰਮ ਨੇ ਮੰਨ ਲਿਆ ਵੀ ਇਹ ਸੀ, ਇਹ ਧਰਮ ਦਾ ਮੈਂ ਤਾਂ ਸਮਝਦਾ ਬਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਧਰਮ ਦਾ ਵਿਸ਼ਾ ਹੀ ਨਹੀਂ ਹੈ। ਅਸੀਂ ਇਹੋ ਜਿਹੀਆਂ ਗੱਲਾਂ 'ਚ ਪਏ ਰਹਾਂਗੇ ਤਾਂ ਅਸੀਂ ਵਹਿਮਾਂ ਭਰਮਾਂ ਅੰਧ ਵਿਸ਼ਵਾਸ ਤੋਂ ਕਦੇ ਬਾਹਰ ਨਹੀਂ ਨਿਕਲਣਾ। ਹਰਪ੍ਰੀਤ ਜੀ, ਮੇਰੀ ਸਮਝ ਅਨੁਸਾਰ ਜੀ ਧਰਮ ਦਾ ਵਿਸ਼ਾ ਤਾਂ ਆਹ ਵਾ। ਪਹਿਲੀ ਗੱਲ, ਸੁਚਿਆਰਾ ਬਣਨਾ, ਅੱਛਾ ਇਨਸਾਨ ਬਣਨਾ, ਠੀਕ। ਇਹਨਾਂ ਬਾਕੀਆਂ ਗੱਲਾਂ ਨੂੰ ਛੱਡੋ, ਇਹਦਾ ਸਾਡੇ ਰੋਜ਼ਾਨਾ ਜੀਵਨ ਦੇ ਨਾਲ ਕੋਈ ਮਕਸਦ ਨਹੀਂ, ਇਹਦੇ ਵਿੱਚੋਂ ਕੋਈ ਸਪਿਰਚੁਅਲ ਗਾਈਡੈਂਸ ਨਹੀਂ ਮਿਲਦੀ, ਇਹਦੇ ਵਿੱਚੋਂ ਸਾਨੂੰ ਕੋਈ ਰੱਬੀ ਗਿਆਨ ਨਹੀਂ ਮਿਲਦਾ ਹੈਗਾ। ਧਰਮ ਦਾ ਵਿਸ਼ਾ ਤਾਂ ਸੁਚਿਆਰਾ, ਅੱਛਾ ਇਨਸਾਨ ਬਣਨਾ, ਜੀਵਨ ਦਾ ਮਕਸਦ ਪਰਪਸ ਸਮਝਾਉਣਾ ਹੈਗਾ ਧਰਮ ਦਾ ਵਿਸ਼ਾ। ਮਨੁੱਖਤਾ ਨੂੰ ਆਪਸੀ ਪਿਆਰ, ਸਾਂਝੀ ਬਾਲਤਾ ਦਾ ਉਪਦੇਸ਼ ਦੇਣਾ ਹੈਗਾ ਧਰਮ ਦਾ ਵਿਸ਼ਾ। ਇਸੇ ਜੀਵਨ ਅੰਦਰ ਖੁਸ਼ੀਆਂ, ਖੇੜਾ, ਆਨੰਦ ਮਾਣਨ ਦਾ ਮਾਰਗ ਹੈ ਧਰਮ ਦਾ ਵਿਸ਼ਾ। ਧਰਮ ਦਾ ਤਾਂ ਇਹੋ ਹੀ ਮਕਸਦ ਹੈ ਸਾਡੇ ਜੀਵਨ ਵਿੱਚ, ਇਹ ਸ੍ਰਿਸ਼ਟੀ ਕਿਵੇਂ ਬਣੀ, ਕਿਵੇਂ ਮਨਾਈ, ਇਹ ਧਰਮ ਦਾ ਵਿਸ਼ਾ ਹੀ ਨਹੀਂ ਹੈ। ਇਹ ਤਾਂ ਸਿਰਫ ਆਪਣੇ ਆਪ ਨੂੰ ਅੰਧ ਵਿਸ਼ਵਾਸ ਦੇ ਵਿੱਚ ਕੰਟੀਨਿਊ ਗੁੰਮਰਾਹ ਹੋਣ ਵਾਲੀ ਗੱਲ ਹੈ ਜੀ। ਮੈਂ ਤਾਂ ਇਸ ਗੱਲੋਂ ਨਾ ਹਰਪ੍ਰੀਤ ਜੀ, ਮੈਂ ਤਾਂ ਇੱਥੋਂ ਤੱਕ ਇਹ ਕਹਿਣ ਨੂੰ ਤਿਆਰ ਹਾਂ ਕਿ ਹਜ਼ਾਰਾਂ ਸਾਲਾਂ ਤੋਂ ਮਨੁੱਖ ਨੂੰ ਧਰਮ ਦੇ ਨਾਂ 'ਤੇ ਇਮੋਸ਼ਨਲੀ ਐਕਸਪਲੋਇਟ ਕੀਤਾ ਜਾਂਦਾ ਹੈ, ਇਮੋਸ਼ਨਲੀ ਮੈਨੂਪਲੇਟ ਕੀਤਾ ਜਾਂਦਾ, ਲੁੱਟਿਆ ਜਾ ਰਿਹਾ ਹੈ। ਕਿਉਂਕਿ ਹੋਰ ਤਰ੍ਹਾਂ ਲੁੱਟਣਾ ਸ਼ਾਇਦ ਔਖਾ ਹੋਵੇ, ਧਰਮ ਦੇ ਨਾਂ 'ਤੇ ਲੁੱਟਣਾ ਮਨੁੱਖਤਾ ਨੂੰ ਬੜਾ ਸੌਖਾ ਹੈਗਾ। ਰਾਈਟ, ਔਰ ਇਹੀ ਕੁਛ ਹੋ ਰਿਹਾ, ਇਮੋਸ਼ਨਲ ਜਿਹੜੀ ਹੈਗੀ ਆ। ਔਰ ਉਹ ਕਹਿੰਦੇ ਵੀ ਕੀ ਪੜ੍ਹਾਇਆ ਕੀ ਗਿਆ ਅੱਜ ਤਾਈਂ, ਅਨਕੁਐਸਚਨਡ ਓਬੀਡੀਅੰਸ, ਇਹੀ ਪੜ੍ਹਾਈ ਗਈ ਹੈ ਨਾ। ਸਵਾਲ ਕਰਨਾ ਇੱਕ ਪਾਪ ਹੈ, ਕੁਐਸਚਨ ਕਰਨਾ ਇਹ ਜਾਣੀ ਇੱਕ ਪਾਪ ਤਰ੍ਹਾਂ ਦੀ ਸਮਝਿਆ ਗਿਆ। ਇਮੋਸ਼ਨਲ ਗੁਲਾਮੀ, ਅਸੀਂ ਮੈਂ ਇਹਨੂੰ ਆਖ ਸਕਦਾ ਕਿ ਇਮੋਸ਼ਨਲ ਗੁਲਾਮੀ ਆ। ਲੋਜੀਕਲੀ ਦਲੀਲ ਦੇ ਆਧਾਰ 'ਤੇ ਸੋਚਣਾ ਤਾਂ ਅੱਜ ਸਿੱਖ ਨੂੰ ਜਿਵੇਂ ਭੁੱਲ ਹੀ ਗਿਆ ਹੈਗਾ, ਹੈ ਨਾ। ਕੋਈ ਕੁਐਸਚਨ ਦਲੀਲ ਦੇ ਨਾਂ 'ਤੇ ਸੋਚਣਾ ਜਿਵੇਂ ਭੁੱਲ ਹੀ ਗਿਆ। ਪੁਜਾਰੀ ਲੋਕ, ਸਿੱਖ ਇੰਸਟੀਟਿਊਸ਼ਨ ਜਿਹੜੇ ਨੇ, ਪ੍ਰਬੰਧਕ ਨੇ, ਇਹ ਨਹੀਂ ਚਾਹੁੰਦੇ ਇਹ ਇਮੋਸ਼ਨਲ ਗੁਲਾਮੀ ਮਨੁੱਖਤਾ ਦੀ ਖਤਮ ਹੋਵੇ। ਰਾਈਟ, ਓਰਗੇਨਾਈਜ਼ ਰਿਲੀਜਨ ਇਹ ਨਹੀਂ ਚਾਹੁੰਦੇ ਹੈਗੇ ਕਿ ਇਹ ਗੁਲਾਮੀ ਜਿਹੜੀ ਹੈ, ਟ੍ਰੈਡੀਸ਼ਨਲ ਇਮੋਸ਼ਨਲ ਜਿਹੜੀ ਅਟੈਚਮੈਂਟਸ ਨੇ, ਇਹ ਖਤਮ ਹੋਵੇ। ਹਰਬੀ ਜੀ, ਦੇਖੋ ਇੱਕ ਮੈਂ ਛੋਟੀ ਜਿਹੀ ਆਪਾਂ ਐਗਜ਼ੈਂਪਲ ਲਈਏ ਇਸ ਦੇ ਬਾਰੇ। ਹੁਣ ਇੱਥੇ ਆਪਣੇ ਰੁਮਾਲਿਆਂ ਦੀ ਗੱਲ ਮੈਂ ਚੱਲ ਰਹੀ ਸੀਗੀ,
ਵੀ ਦੇਖੋ ਇਹ ਬੜੀ ਵੱਡੀ ਸਮੱਸਿਆ ਹੈਗਾ, ਰੁਮਾਲੇ ਚੜ੍ਹਾਈ ਜਾਂਦੇ ਨੇ, ਅੰਦਰ ਭਰੇ ਪਏ ਨੇ, ਕੋਈ ਸੁੱਟਦੇ ਨੇ, ਉਹਨਾਂ ਦੀ ਬੇਅਦਬੀ ਹੁੰਦੀ ਹੈਗੀ ਆ. ਅਤੇ ਇਹ ਜਿਹੜੀ ਆ ਦੇਖੋ ਰੁਮਾਲਾ, ਦੇਖੋ ਇਹ ਜਿਹੜੀ ਵਿਚਾਰਧਾਰਾ ਇਹ ਬਣੀ ਹੋਈ ਆ, ਅਟੈਚਮੈਂਟ ਆ, ਇਸ ਨੂੰ ਜਿਹੜੀ ਅਸੀਂ ਖਤਮ ਕਰ ਸਕਦੇ. ਸਲਿਊਸ਼ਨ ਬੜਾ ਸਿੰਪਲ ਆ. ਹੁਣ ਦੇਖੋ ਜੇ ਜਿਹੜੇ ਗੁਰਦੁਆਰੇ ਨੇ ਸਾਡੇ ਲੋਅਰ ਮੇਨਲੈਂਡ ਦੇ, ਇਹ ਕਹਿਣ ਵੀ ਦੇਖੋ ਤੁਸੀਂ ਜਿਹੜਾ ਰੁਮਾਲਾ ਲੈ ਕੇ ਆਉਣਾ ਭਾਈ, ਅਸੀਂ ਉਹਨੂੰ ਐਕਸੈਪਟ ਨਹੀਂ ਕਰਨਾ. ਰਾਈਟ. ਤੁਸੀਂ $30 ਦੇ ਦਿਓ, $40 ਦੇ ਲਿਓ, $50 ਦੇ ਦਿਓ, ਅਸੀਂ ਸੈਪਰੇਟ ਅਕਾਊਂਟ ਖੁਲਾ ਦਿੰਦੇ ਹਾਂ ਤੁਹਾਡੇ ਨਾਂ 'ਤੇ. ਸਾਲ ਬਾਅਦ ਅਸੀਂ ਕਿਸੇ ਗਰੀਬ ਨੂੰ, ਕਿਸੇ ਫੂਡ ਬੈਂਕ ਨੂੰ, ਕਿਸੇ ਹੋਸਪਿਟਲ ਨੂੰ, ਕਿਸੇ ਪਿੰਗਲਵਾੜੇ ਨੂੰ ਅਸੀਂ ਦੇ ਦੇਵਾਂਗੇ, ਉਹ ਦੇ ਦਿਆਂਗੇ. ਕੋਈ ਕਰਨਗੇ? ਕਿਉਂਕਿ ਉਹਦੇ ਨਾਲ ਇਮੋਸ਼ਨਲ ਅਟੈਚਮੈਂਟ ਕਰੀ ਹੋਈ ਆ. ਉਹਨੂੰ ਚੇਂਜ, ਜੇ ਚੇਂਜ ਕਰਨੇ ਲੋਕਾਂ 'ਚ ਜਾਗਰਤੀ ਆਊਗੀ, ਜਾਗਰਤੀ ਦਾ ਅਸੀਂ ਲੋਕਾਂ 'ਚ ਆਉਣ ਨਹੀਂ ਦੇਣੀ, ਹੈ ਨਾ. ਕੋਈ ਕੋਈ ਇਹ ਸਟੈਪ ਲੈਣ ਨੂੰ ਤਿਆਰ ਨਹੀਂ ਹੈਗੇ. ਔਰ ਸਿੰਪਲ ਹੈਗਾ, ਕਿਉਂਕਿ ਲੋਕ ਵੀ ਇਮੋਸ਼ਨਲੀ ਅਟੈਚ ਰਹਿੰਦੇ ਨੇ ਵੀ ਰੁਮਾਲਾ ਚੜ੍ਹਾਉਣਾ ਹੀ ਸਾਡੀ ਸਾਨੀ ਸਾਡਾ ਅਖੰਡ ਪਾਠ ਜਿਹੜਾ ਉਹ ਇਮੋਸ਼ਨਲ ਜਿਹੜੀਆਂ ਅਟੈਚਮੈਂਟ ਹੈ ਸਾਨੂੰ ਉਹਦੇ ਨੇ. ਤਾਂ ਹੀ ਆਪਾਂ ਗੱਲ ਕੀਤੀ ਵੀ ਸਾਨੂੰ ਕਿਸੇ ਲੌਜਿਕ 'ਤੇ ਜਿਹੜੀ ਗੱਲ ਕਰਨੀ ਪੈਣੀ ਹੈਗੀ ਹੈ. ਅੱਛਾ, ਇੱਥੇ ਇਹ ਹੈ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਹਜ਼ਾਰਾਂ ਸਾਲਾਂ ਤੋਂ ਵੀ ਜੀ ਜਿਹੜੇ ਪੁਰਾਣੇ ਵਿਸ਼ਵਾਸ ਸਿਸਟਮ ਸੀ ਨਾ, ਉਹਨਾਂ ਤੋਂ ਉੱਠ ਕੇ ਸੱਚ ਨਾਲ ਜੁੜਨ ਦੀ ਗੱਲ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਨੇ. ਪਰ ਅੱਜ ਸਿੱਖਾਂ ਨੇ ਵੀ ਉਸ ਨੂੰ, ਤੁਸੀਂ ਦੇਖਦੇ ਹਾਂ ਕਿ ਅਸੀਂ ਉਸ ਕੌਨਸੈਪਟ ਨੂੰ ਅਸੀਂ ਸਿੱਖਾਂ ਨੇ ਵੀ ਨਹੀਂ ਸਮਝਿਆ ਹੈਗਾ. ਸਿੱਖ ਵੀ ਹਜੇ ਉਸੀ ਯਾਨੀ ਜਿਹੜੀ ਸਿੱਖ ਨੂੰ ਉਹਨਾਂ ਨੇ ਗਿਆਨ ਗੁਰੂ ਗੁਣਾਂ ਦਾ ਲਿਵਿੰਗ ਇਨ ਦਾ ਪ੍ਰੈਜੈਂਟ ਵਿਚਾਰਧਾਰਾ ਨਾਲ ਜਿਹੜੀ ਜੋੜਨ ਦੀ ਗੱਲ ਕੀਤੀ ਸੀ ਨਾ, ਅਤੇ ਉਸ ਦੇ ਵਿੱਚ ਅਸੀਂ ਸਿੱਖ ਜਗਤ ਨੇ ਵੀ ਉਸ ਨੂੰ ਹਰਬੀ ਜੀ ਸਮਝਿਆ. ਬਿਲਕੁਲ ਸਹੀ ਫਰਮਾਇਆ ਜੀ ਤੁਸੀਂ ਡਾਕਟਰ ਸਾਹਿਬ. ਇਸ ਨੂੰ ਅਸੀਂ ਅਗਲੇ ਹਫ਼ਤੇ ਕੰਟੀਨਿਊ ਰੱਖਾਂਗੇ, ਕਿਉਂਕਿ ਇਮੋਸ਼ਨਲ ਮੈਨੂਪਲੇਸ਼ਨ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਗੁਰੂ ਨੇ ਸਾਨੂੰ ਇਹਨਾਂ ਚੀਜ਼ਾਂ 'ਚੋਂ ਬਾਹਰ ਕੱਢਿਆ ਸੀ, ਉਸ ਸਮੇਂ ਇੱਕ ਨਵਾਂ ਧਰਮ ਚਲਾਉਣ ਦੀ ਕੋਈ ਲੋੜ ਨਹੀਂ ਸੀ, ਜੇਕਰ ਅੱਜ ਜੋ ਕੁਝ ਅਸੀਂ ਕਰ ਰਹੇ ਹਾਂ, ਕਿਉਂਕਿ ਇਹੀ ਉਸ ਸਮੇਂ ਹੁੰਦਾ ਸੀ, ਉਹੀ ਅੱਜ ਹੋ ਰਿਹਾ. ਐਗਜੈਕਟਲੀ ਹੋ ਰਿਹਾ. ਇਹਦੇ 'ਚੋਂ ਨਿਕਲਣ ਵਾਸਤੇ ਗੁਰੂ ਨੇ ਸਾਨੂੰ ਸਿਧਾਂਤਕ ਤੌਰ 'ਤੇ ਇਹ ਸਾਰੀਆਂ ਚੀਜ਼ਾਂ ਨਾਲ ਜੋੜਿਆ, ਪਰ ਅਸੀਂ ਅਫਸੋਸ ਉਹਨਾਂ 'ਚ ਹੀ ਫਸ ਕੇ ਰਹਿ ਗਏ ਹਾਂ. ਤੁਹਾਡਾ ਬਹੁਤ ਧੰਨਵਾਦ. ਅਗਲੇ ਹਫ਼ਤੇ ਇਸੀ ਵਿਸ਼ੇ ਨੂੰ ਅਸੀਂ ਕੰਟੀਨਿਊ ਰੱਖਾਂਗੇ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸੋ ਇਸ ਦੇ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ. ਜਿਸ ਤਰ੍ਹਾਂ ਡਾਕਟਰ ਹਰਬੰਸ ਸਿੰਘ ਕੰਡੋਲਾ ਨੇ ਗੱਲ ਕੀਤੀ, ਇਹ ਸਾਰੇ ਐਪੀਸੋਡਸ ਅਸੀਂ ਪਹਿਲਾਂ ਵੀ ਇਹਨਾਂ ਇਸ਼ੂਜ਼ ਉੱਤੇ ਡਿਸਕਸ਼ਨ ਕਰ ਚੁੱਕੇ ਹਾਂ. ਜ਼ਰੂਰ ਦੇਖਿਆ ਕਰੋ, ਅਤੇ ਖਾਸ ਤੌਰ 'ਤੇ ਇੱਕ ਬੇਨਤੀ ਕਰਾਂਗੇ ਕਿ ਜੇਕਰ ਅਸੀਂ ਵਾਕਿਆ 'ਚ ਚਾਹੁੰਦੇ ਹਾਂ ਕਿ ਸਾਡੇ ਬੱਚੇ ਨਾਲ ਜੁੜਨ, ਤਾਂ ਉਸ ਵਾਸਤੇ ਸਾਨੂੰ ਉਹਨਾਂ ਨੂੰ ਜ਼ਰੂਰ ਦੱਸਣਾ ਪਏਗਾ ਕਿ ਅਸਲ ਵਿੱਚ ਗੁਰੂ ਸਾਹਿਬ ਕੀ ਸਾਨੂੰ ਕਹਿ ਰਹੇ ਨੇ. youtube.com/harpreet singh show 'ਤੇ ਜਾ ਕੇ ਉੱਥੇ ਸਰਚ ਵਿੱਚ ਡਾਕਟਰ ਹਰਬੰਸ ਸਿੰਘ ਕੰਡੋਲਾ ਜਦੋਂ ਪਾਓਗੇ ਤਾਂ ਬਹੁਤ ਸਾਰੇ ਐਪੀਸੋਡਸ ਨਿਕਲ ਆਉਣਗੇ. ਜ਼ਰੂਰ ਦੇਖੋ, ਅਤੇ ਨਾਲ ਹੀ ਅੱਜ ਇਸ ਇੰਟਰਨੈਟ ਦੇ ਯੁੱਗ ਵਿੱਚ ਜਿੱਥੇ ਅਸੀਂ ਬਹੁਤ ਸਾਰਾ ਮੀਡੀਆ ਦਾ ਇਸਤੇਮਾਲ ਕਰ ਰਹੇ ਹਾਂ, ਵਟਸਐਪ ਰਾਹੀਂ ਹਰ ਰੋਜ਼ ਇੱਕ ਨਾ ਕੋਈ ਮੈਸੇਜ ਭੇਜਦੇ ਹਾਂ. ਸੋ ਆਓ ਇਸ ਮੈਸੇਜ ਨੂੰ ਵੀ ਹਰ ਘਰ, ਸਿੱਖ ਦੇ ਘਰ ਵਿੱਚ ਪਹੁੰਚਾ ਸਕੀਏ ਕਿ ਅਸਲ ਵਿੱਚ ਸਿੱਖੀ ਸਿਧਾਂਤ ਕੀ ਹੈ. ਇਸ ਵਾਸਤੇ ਤੁਸੀਂ ਇਹ ਸ਼ੇਅਰ ਕਰ ਸਕਦੇ ਹੋ, ਅਤੇ ਯੂਟਿਊਬ 'ਤੇ ਜਾ ਕੇ ਇਹ ਸਾਰੀ ਇਨਫੋਰਮੇਸ਼ਨ ਨੂੰ ਸ਼ੇਅਰ ਜ਼ਰੂਰ ਕਰੋ. ਇੱਥੇ ਹੀ ਕਰਨਾ ਪ੍ਰੋਗਰਾਮ ਦੀ ਸਮਾਪਤੀ. ਕੋਈ ਇਨਫੋਰਮੇਸ਼ਨ ਹੋਏ ਜਿਹੜੀ ਸ਼ੇਅਰ ਕਰਨੀ ਹੋਏ ਜਾਂ ਕੋਈ ਸਵਾਲ ਹੋਏ ਤਾਂ ਜ਼ਰੂਰ ਸੰਪਰਕ ਕਰਨਾ 604-603-5555 ਜਾਂ ਫਿਰ ਈਮੇਲ ਜ਼ਰੀਏ harpreetsingshow@gmail.com. ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ. ਤਦ ਤੱਕ ਗੁੱਡ ਬਾਏ.